ਨਾਸਰ ਢਿੱਲੋਂ ਉਹ ਇਨਸਾਨ ਜਿਨ੍ਹਾਂ ਨੇ ਭਾਰਤ ਪਾਕਿਸਤਾਨ ਦੇ ਵਿੱਚ ਵੱਸਦੇ ਲੋਕਾਂ ਨੂੰ ਆਪਣੀਆਂ ਕੋਸ਼ਿਸ਼ਾਂ ਦੇ ਰਾਹੀਂ ਇੱਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਾਸਰ, ਥੈਂਕ ਯੂ, ਵੈਲਕਮ। I am your brother, if you need anything, kindly. Thank you very much. ਸਾਡੇ ਕੋਲ ਪੀਤਾ ਕਟਾਉਣ ਲੱਗੇ ਜੀ। ਅਸਲਾਮ ਵਾਲੇਕੁਮ ਸਾਰੇ ਦੋਸਤਾਂ ਨੂੰ, ਮੈਂ ਨਾਸਰ ਢਿੱਲੋਂ, ਤੁਸੀਂ ਜੁੜੇ ਸਾਡੇ ਚੈਨਲ ਪੰਜਾਬੀ ਲਾਇਰ 'ਤੇ। ਅੱਜ ਫਿਰ ਦੁਬਈ ਹਾਂ। ਦੁਬਈ ਦੇ ਵਿੱਚ ਮਨਜਿੰਦਰ ਗਿੱਲ ਅਤੇ ਹੋਰ ਬਹੁਤ ਸਾਰੇ ਦੋਸਤ ਇੱਥੋਂ ਦੇ ਜਿਹੜੇ ਹੈਗੇ ਨੇ ਬਿਜ਼ਨਸ ਦੇ ਵਿੱਚ, ਇੱਕ ਬਿਜ਼ਨਸ ਅਵਾਰਡ ਦੇ ਨਾਂ 'ਤੇ ਇੱਕ ਤਕਰੀਬ ਕਰਾਉਂਦੇ ਨੇ, ਅਵਾਰਡ ਦਿੰਦੇ ਨੇ ਜਿਹੜੇ ਚੰਗਾ ਬਿਜ਼ਨਸ ਕਰਦੇ ਨੇ ਇੱਥੇ। ਅਤੇ ਉੱਥੇ ਸਾਡਾ ਅਵਾਰਡ ਰੱਖਿਆ ਨਾਲ ਹਿਊਮੈਨਿਟੀ ਮੈਨ ਅਵਾਰਡ। ਸੋ ਉਹ ਈਵੈਂਟ ਉਸ 'ਤੇ ਚੱਲੇ ਆ ਅਤੇ ਕੌਣ ਕੌਣ ਉੱਥੇ ਆਉਣ ਵਾਲਾ, ਵਾਹਵਾ ਗੈਦਰਿੰਗ ਹੋਣ ਵਾਲੀ ਆ। ਨਾਲੇ ਸਮੀ ਵੀ ਜਾਂਦਾ, ਨਵੀਂ ਸਮੀ ਨੇ ਚਾਦਰਾ ਲਾਇਆ ਅਤੇ ਚਾਚਾ ਆਪਣਾ ਡਰਾਈਵਰ ਆ ਅੱਜ ਦੇ ਦਿਨ। ਅਤੇ ਚੱਲਦੇ ਹਾਂ ਆਪਾਂ ਈਵੈਂਟ 'ਤੇ। ਕਿਹੜੇ ਹੋਟਲ ਹੈ ਚਾਚਾ? ਪਿੱਛੇ ਸਾਡੇ ਡਾਕਟਰ ਸਾਹਿਬ ਨੇ, ਜਨਾਬ ਡਾਕਟਰ ਅਸਦ ਸਾਹਿਬ ਸਾਡੇ ਆਫਿਸ ਦੇ ਇੰਚਾਰਜ ਇਹ ਨੇ, ਜਿਹੜੇ ਸਾਡਾ ਟੂਰਿਜ਼ਮ ਕੰਪਨੀ ਆ ਇੱਥੇ ਦੁਬਈ ਦੇ ਵਿੱਚ, ਜਿਨ੍ਹਾਂ ਨੇ ਘੁੰਮਣ ਆਉਣਾ ਹੋਇਆ ਡਾਕਟਰ ਸਾਹਿਬ ਨਾਲ ਰਾਬਤਾ ਕਰਦੇ ਆ। ਆਪਣੇ ਆਫਿਸ ਦੇ ਇੰਚਾਰਜ ਇਹ ਨੇ, ਵੀਜ਼ੇ ਵੂਜ਼ੇ ਲਵਾਉਂਦੇ ਆ ਨਾ, ਨੰਬਰ ਮੈਂ ਵਿੱਚ ਪਾ ਦਾਂਗਾ ਜਿੰਨੇ ਆਉਣਾ ਹੋਵੇ ਦੁਬਈ। ਕਹਿੰਦਾ ਨਹੀਂ ਹੋਣੀ ਤੇਰੀ ਟਿਕਟ। ਅਤੇ ਇੱਧਰ ਚੀਨਾ ਸਾਹਿਬ ਨੇ ਜੀ, ਸ਼ਫਕਤ ਚੀਨਾ ਸਾਹਿਬ, ਸਿਰਫ 36 ਸਾਲਾਂ ਦੇ, ਹਾਲਾਂਕਿ ਮੇਰੇ ਤੋਂ 1 ਸਾਲ ਵੱਡੇ ਨੇ, ਮੇਰੀ 40 ਹੋ ਚੱਲੀ ਇਹਦੀ 36। ਕਿਉਂ ਚਾਚਾ? ਉਮਰ ਚ ਪਾਉਂਦੇ ਪਤਾ ਨੀ ਕਿਉਂ, ਜਾਂ ਇਹਨਾਂ ਦਾ ਕੋਈ ਆਪਣਾ ਸ਼ਾਦੀ ਹੋ ਜਾਣੀ ਹੋਵੇ, ਫਿਰ ਵੀ ਹੁੰਦੇ ਸ਼ਾਦੀ ਵਾਲਾ ਕੰਮ ਹੋ ਗਿਆ, ਕੰਮ ਲੰਘਿਆ ਹੋਣਗੇ। ਨਹੀਂ ਇਹ ਤਾਂ ਰਿਕਵਾਰਾਂ ਨੇ ਹੈਗਾ, ਛੋਟੀ ਉਮਰ ਹੈ ਜੀ, ਕੋਈ ਨੀ, ਰੱਬ ਸਾਡਾ ਰਹਿਮਤ ਕਰੇ। ਉਮਰਾਂ ਸ਼ਰੀਫ ਕਰਕੇ ਆਇਆ, ਵਾਲ ਕਟਾਏ ਨੇ ਡਾਕਟਰ ਨੇ, ਸੂਸੀ ਦੁਆ ਕਰਦੇ ਆ। ਇਹ ਜੀ ਦੁਬਈ ਦਾ ਵੈਦਰ, ਦੁਬਈ ਹਲੇ ਵੀ ਹੁਣ ਕਿੰਨੀ ਤਰੀਕ, ਅੱਜ 12 ਹੋ ਗਈ ਆ ਮਈ, ਤੇ ਵੈਦਰ ਹਲੇ ਇੱਥੇ ਠੀਕ ਆ। ਪੰਜਾਬ ਨਾਲੋਂ ਕੀ ਕਹਿੰਦੇ ਹੁੰਦੇ ਉੱਧਰ ਆਪਣੇ ਨਾਲੋਂ ਚਾਚਾ, ਗਰਮੀ ਘੱਟ ਆ, ਗਰਮੀ ਘੱਟ ਆ, ਆਊਟਸਾਈਡ 32, ਕਿਉਂਕਿ ਇਹ ਮੈਨੂੰ ਲੱਗਦਾ ਵੈਦਰ ਕੁਝ ਕੰਟਰੋਲ ਕਰਦੇ। ਹਾਂਜੀ, 2 ਸਾਲ ਤੋਂ ਨਾ ਇਹਨਾਂ ਨੇ ਵੈਦਰ ਕੰਟਰੋਲ ਕੀਤਾ, ਯਾਨੀ ਇਹਨਾਂ ਦਿਨਾਂ 'ਚ 54-52 ਹੁੰਦਾ ਸੀ। ਡਾਕਟਰ ਸਾਹਿਬ ਜਿਹੜੇ ਆਉਣਾ ਚਾਹੁੰਦੇ ਦੁਬਈ ਸਾਡੇ ਦੋਸਤ, ਉਹਨਾਂ ਨੂੰ ਨੰਬਰ ਆਪਣਾ ਸ਼ੇਅਰ ਕਰ ਦਿਓ, ਈਮੇਲ ਆਈਡੀ 00971532178 7। ਦੁਬਾਰਾ ਰਿਪੀਟ ਕਰ ਦਿਓ, 00971532178 7। ਇਹ ਪਿਕਸੀ ਜੋਬ ਕੰਪਨੀ ਆਪਣੀ ਪੰਜ ਦਰਿਆ ਯੂਕੇ ਵਾਲੇ, ਆਹ ਸ਼ੇਖ ਹਮਦਾਨ ਦੇ ਪ੍ਰਾਈਵੇਟ ਆਫਿਸ ਦਾ ਲੋਗੋ ਹੈ। ਬਾਬੇ ਨੂੰ ਇਹਨਾਂ ਵੀ ਮਿਲ ਗਿਆ, ਆਹ ਨਾਲ ਲੱਗਿਆ ਲੋਕੇਸ਼ਨ ਵੀ ਜਾਣਾ ਕਿੱਧਰ ਨੂੰ। ਮਨਜਿੰਦਰ ਗਿੱਲ ਸਾਹਿਬ ਆਪਣਾ ਪੰਜਾਬ ਵੈਸਟਰਨ ਦੇ ਸੀਓ ਦੇ ਨਾਲ ਪ੍ਰੋਗਰਾਮ ਦੇ ਔਰਗਨਾਈਜ਼ਰ ਨੇ,
ਬਹੁਤ ਵਧੀਆ ਬਹੁਤ ਵਧੀਆ ਹਾਂਜੀ 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 ਬੜੀ ਖੁਸ਼ੀ ਹੋਈ ਮੇਰੇ ਜੀ ਹੈ ਤੁਹਾਡੀਆਂ ਵੀਡੀਓ ਤਾਂ ਕਿਤੇ ਕਿਤੇ ਦੇਖ ਲਈ ਦੀ ਹਾਂਜੀ ਚਲੋ ਬਹੁਤ ਵਧੀਆ ਜੀ ਚੰਗਾ ਖੁਸ਼ੀ ਹੋਈ ਔਰ ਬਹੁਤ ਚੰਗਾ ਲੱਗਾ ਤੁਸੀਂ ਇੱਥੇ ਆਏ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਮ ਅਲੈਕੁਮ ਨਮਸਕਾਰ ਮੈਂ ਪੰਜਾਬੀ ਦੇ ਵਿੱਚ ਹੀ ਗੱਲ ਕਰਾਂਗਾ ਸਾਡੀ ਇਹ ਜੋ ਸਾਨੂੰ ਸਨਮਾਨ ਬਖਸ਼ਿਆ ਹੈ ਇਹ ਮੇਰਾ ਕੱਲੇ ਦਾ ਨਹੀਂ ਅਤੇ ਬਹੁਤ ਲੋਕਾਂ ਦਾ ਇਹਦੇ ਵਿੱਚ ਸਹਿਯੋਗ ਹੈ ਜਿਸ ਦੇ ਵਿੱਚ ਅਸੀਂ ਸਕੋਟਲੈਂਡ ਦੀ ਧਰਤੀ ਨੂੰ ਕਹਿ ਲਈਏ ਇੰਗਲੈਂਡ ਦੀ ਧਰਤੀ ਨੂੰ ਕਹਿ ਲਈਏ ਅਮੈਰੀਕਾ ਦੀ ਧਰਤੀ ਨੂੰ ਕਹਿ ਲਈਏ ਕੈਨੇਡਾ ਦੀ ਧਰਤੀ ਨੂੰ ਕਹਿ ਲਈਏ ਅਤੇ ਦੁਬਈ ਦੀ ਧਰਤੀ ਨੂੰ ਕਹਿ ਲਈਏ ਕਿਉਂਕਿ ਅਸੀਂ ਜੋ ਕੰਮਕਾਰ ਕਰ ਰਹੇ ਹਾਂ ਇੱਕ ਬਹੁਤ ਹੀ ਜਿੱਥੇ ਜਿਹੜੇ ਕਿ ਗਰੀਬੀ ਰੇਖਾ ਤੋਂ ਥੱਲੇ ਮਿਲਦੀ ਰਹਿ ਰਹੀ ਹੈ ਉਹਨਾਂ ਦੇ ਲਈ ਪਾਣੀ ਦਾ ਪ੍ਰਬੰਧ ਬੱਚਿਆਂ ਦੀ ਐਜੂਕੇਸ਼ਨ ਬੱਚਿਆਂ ਦੇ ਹੁਨਰਮੰਦ ਬਣਾਉਣ ਲਈ ਸਿਲਾਈ ਸੈਂਟਰ ਇਸ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਪਿਛਲੇ 23 ਸਾਲਾਂ ਤੋਂ ਕਰ ਰਹੇ ਹਾਂ ਜਿਹੜੇ ਬੱਚੇ ਆ ਹੁਣ ਪੜ੍ਹ ਕੇ ਐਜੂਕੇਸ਼ਨ ਪ੍ਰਾਪਤ ਕਰਕੇ ਇਸ ਵੇਲੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪਹੁੰਚ ਚੁੱਕੇ ਆ ਅਤੇ ਜੋਬਾਂ ਦੇ ਲੱਗਣ ਦੇ ਵਿੱਚ ਬਹੁਤ ਜ਼ਿਆਦਾ ਦੇਰ ਨਹੀਂ ਹੈ ਸੋ ਇਹ ਜਿਹੜਾ ਕਾਰਜ ਹੋਇਆ ਹੈ ਬਹੁਤ ਆਪ ਸਭ ਦੇ ਸਹਿਯੋਗ ਦੇ ਨਾਲ ਹੋਇਆ ਹੈ ਅਤੇ ਅਸੀਂ ਸਾਰਿਆਂ ਦਾ ਇਹ ਬਹੁਤ ਧੰਨਵਾਦ ਕਰਦੇ ਹਾਂ ਅਤੇ ਨਾਲ ਹੀ ਅਸੀਂ ਇੱਥੋਂ ਦੇ ਜਿਨ੍ਹਾਂ ਨੇ ਸਾਨੂੰ ਪੰਜ ਦਰਿਆ ਅਤੇ ਵਿਕਸਿਤ ਜੋਬ ਵਾਲਿਆਂ ਨੇ ਸਾਨੂੰ ਇਹ ਸਨਮਾਨ ਬਖਸ਼ਿਆ ਹੈ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਪਣੀਆਂ ਕੋਸ਼ਿਸ਼ਾਂ ਦੇ ਰਾਹੀਂ ਇੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਸਰ ਥੈਂਕ ਯੂ ਵੈਲਕਮ
ਸ਼ੁਰੂ ਕੀਤੇ ਪ੍ਰਸਾਦ ਈਸੀ ਮਹੀਨਾ ਸ਼ੁਕਰ ਮਲਕਮਾਤ ਨਫਰਾਤ। ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਪਿਕਸੀ ਜੋਬ ਅਤੇ ਫਾਈਨਲ UK ਖਾਸ ਤੌਰ 'ਤੇ ਗੁਰਮੀ ਸਾਹਿਬ ਬਾਈ ਮਨਜਿੰਦਰ ਕਿ ਜਿਨ੍ਹਾਂ ਨੇ ਇਸ ਧਰਤੀ 'ਤੇ ਉਪਰਾਲਾ ਕੀਤਾ, ਕਿਉਂਕਿ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੀ ਤਾਰੀਫ ਹੈ ਇਹ ਬੂਸਟਰ ਡੋਜ਼ ਦੇ ਤੌਰ 'ਤੇ ਕੰਮ ਕਰਦੀ ਹੈ। ਸਾਡੇ ਘਰਾਂ ਦੇ ਵਿੱਚ ਸਾਡੀਆਂ ਮਾਵਾਂ, ਸਾਡੀ ਪਤਨੀ, ਸਾਡੀ ਸਿਸਟਰ ਸਾਡੇ ਰੋਜ਼ ਖਾਣਾ ਤਿਆਰ ਕਰਦੀ ਹੈ, ਤਾਂ ਅਕਸਰ ਜਦੋਂ ਖਾਣਾ ਟੇਬਲ 'ਤੇ ਪਰੋਸਿਆ ਜਾਂਦਾ ਅਤੇ ਪੁੱਛਿਆ ਜਾਂਦਾ ਹੈ ਕਿ ਖਾਣਾ ਕਿਸ ਤਰ੍ਹਾਂ ਦਾ ਬਣਿਆ। ਇਹਦਾ ਮਤਲਬ ਇਹ ਨਹੀਂ ਹੈ ਕਿ ਔਰਤ ਨੂੰ ਖਾਣਾ ਬਣਾਉਣ ਦੀ ਜਾਂਚ ਭੁੱਲ ਗਈ ਹੈ। ਇੱਕ ਐਕਸਪੈਕਟੇਸ਼ਨ ਹੁੰਦੀ ਹੈ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਬਹੁਤ ਸਵਾਦ ਹੈ, ਤਾਂ ਔਰਤ ਬੜਾ ਮਾਣ ਅਤੇ ਸਕੂਨ ਮਹਿਸੂਸ ਕਰਦੀ ਹੈ ਕਿ ਜਿਹੜੀ ਮੈਂ ਮਿਹਨਤ ਕੀਤੀ ਹੈ ਮੈਨੂੰ ਉਹ ਲੱਗਦਾ ਕਿ ਉਹਨੂੰ ਭਾਗ ਲੱਗ ਗਿਆ। ਉਸੇ ਤਰ੍ਹਾਂ ਸਾਡੀ ਪਤਨੀ ਜਦੋਂ ਤਿਆਰ ਹੁੰਦੀ ਹੈ ਤਾਂ ਉਹ ਪੁੱਛਦੀ ਹੈ ਕਿ ਮੈਂ ਕਿਸ ਤਰ੍ਹਾਂ ਲੱਗ ਰਹੀ ਹਾਂ। ਤਿਆਰ ਹੋਣਾ ਵੀ ਰੋਜ਼ ਦਾ ਹੁੰਦਾ, ਪਰ ਜਦੋਂ ਉਹਦਾ ਸ਼ੌਹਰ ਉਹਦੀ ਤਾਰੀਫ ਕਰਦਾ ਤਾਂ ਉਹ ਸੰਪੂਰਨ ਮਹਿਸੂਸ ਕਰਦੀ ਹੈ। ਇਸੇ ਤਰ੍ਹਾਂ ਜੇਕਰ ਕੋਈ ਵੀ ਵਿਅਕਤੀ ਕੋਈ ਚੰਗਾ ਕੰਮ ਕਰਦਾ ਤਾਂ ਉਹਨੂੰ ਸਨਮਾਨ ਦਿੱਤਾ ਜਾਂਦਾ, ਅਵਾਰਡ ਦਿੱਤਾ ਜਾਂਦਾ, ਉਹਦੀ ਤਾਰੀਫ ਕੀਤੀ ਜਾਂਦੀ ਹੈ, ਤਾਂ ਉਹ ਸੰਪੂਰਨ ਮਹਿਸੂਸ ਕਰਦਾ। ਉਹਦੇ ਲਈ ਬੂਸਟਰ ਡੋਜ਼ ਦੇ ਤੌਰ 'ਤੇ ਇਹ ਸਨਮਾਨ ਕੰਮ ਕਰਦੇ ਨੇ। ਇਹ ਸਭ ਕੁਝ ਦੇ ਚੱਲਦਿਆਂ ਇੱਕ ਇਨਸਾਨ ਦਾ ਜ਼ਿਕਰ ਹੁੰਦਾ ਜਿਹੜਾ ਉਧਰੋਂ ਪਿਛੜ ਕੇ ਆਏ ਤੇ ਇਧਰੋਂ ਪਿਛੜ ਕੇ ਗਿਆਨ ਮਿਲਾਉਣ ਦਾ ਵੱਡਾ ਕਾਰਜ ਕਰਦਾ, ਕਿਉਂਕਿ ਵਿਛੋੜਨਾ ਬਹੁਤ ਸੌਖੀ ਗੱਲ ਹੈ, ਵਿਛੜਿਆਂ ਨੂੰ ਮਿਲਾਉਣਾ ਬਹੁਤ ਔਖੀ ਗੱਲ ਹੈ। ਕਿਸੇ ਨੂੰ ਇੱਕ ਦੂਜੇ ਤੋਂ ਦੂਰ ਕਰਨਾ ਹੋਵੇ ਝੁਟਕੀ ਦੀ ਗੱਲ ਹੈ। ਮੈਂ ਇੱਥੇ ਨਾਮ ਦਾ ਜ਼ਿਕਰ ਕਰੂੰਗਾ, ਮੇਰਾ ਵੱਡਾ ਵੀਰ ਜਾਂ ਛੋਟਾ ਵੀਰ ਨਾਸਰ ਢਿੱਲੋਂ, ਉਹਨਾਂ ਦੇ ਨਾਂ ਤੇ ਬਹੁਤ ਜ਼ੋਰਦਾਰ ਤਾੜੀ। ਪਾਕਿਸਤਾਨ ਤੋਂ ਮੈਂ ਜਿਸ ਤਰ੍ਹਾਂ ਇਹਨਾਂ ਕਿਹਾ ਉਹ ਬਹੁਤ ਵੱਡੀ ਮੇਰੇ ਲਈ ਬੜੀ ਤਾਰੀਫ ਦੀ ਗੱਲ ਹੈ। ਜਿਵੇਂ ਰਮਨ ਭਾਈ ਨੇ ਕਿਹਾ ਕਿ ਜਿਹੜੀ ਐਪਲੀਕੇਸ਼ਨ ਤੁਸੀਂ ਨਾ ਤੁਹਾਨੂੰ ਅੱਗੇ ਵਧਣ ਲਈ ਤੁਹਾਡੇ ਰਸਤੇ ਜਿਹੜੇ ਆ ਸਾਫ਼ ਕਰਦੇ ਆ। ਜਿਹੜਾ ਜਿਸ ਤਰ੍ਹਾਂ ਇਹਨਾਂ ਗੱਲ ਕੀਤੀ ਕਿ ਪਾਕਿਸਤਾਨ ਦੀ ਪਾਰਟੀਸ਼ਨ ਤੋਂ ਬਾਅਦ ਜਿਹੜੇ ਫੈਮਿਲੀ ਦੀਆਂ ਵਿਛੜੀਆਂ ਸਨ ਉਹਨਾਂ ਨੂੰ ਅਸੀਂ ਮਿਲਾਉਣ ਦੀ ਕੋਸ਼ਿਸ਼ ਕੀਤੀ, ਤਲਾਸ਼ ਕੀਤਾ, 2014-15 ਤੋਂ ਸਟਾਰਟ ਕੀਤਾ ਸੀ। ਅਤੇ ਅਸੀਂ ਸੋਸ਼ਲ ਮੀਡੀਆ ਦਾ ਸਹਾਰਾ ਲਿਆ, ਯੂਟਿਊਬ ਦਾ ਸਹਾਰਾ ਲਿਆ, ਉਦੋਂ ਸਾਨੂੰ ਕੋਈ ਸੀ ਆਈਡੀਆ ਕਿ ਅਸੀਂ ਕਿਸ ਤਰ੍ਹਾਂ ਉਹਨਾਂ ਲੋਕਾਂ ਤੱਕ ਪਹੁੰਚਦਾ। ਸੋ ਮੈਨੂੰ ਲੱਗਦਾ ਵੀ ਸੋਸ਼ਲ ਮੀਡੀਆ ਮੋਬਾਈਲ ਜਿਹੜਾ ਸਾਡੇ ਕੋਲ ਤੁਸੀਂ ਉੱਥੇ ਪੋਜ਼ਿਟਿਵ ਚੀਜ਼ਾਂ ਡਿਲੀਵਰ ਕਰਦੇ ਹੋ ਲੋਕਾਂ ਤੱਕ ਪਹੁੰਚਦੀਆਂ ਹਨ, ਅਤੇ ਸਾਨੂੰ ਮੈਨੂੰ ਲੱਗਦਾ ਜਿਵੇਂ ਤੁਸੀਂ ਜ਼ਿਆਦਾ ਦਿੱਕਤ ਵੀ ਹੋਈ ਕਿ ਜਿਵੇਂ ਜਿਵੇਂ ਅਸੀਂ ਸਾਡੇ ਕੋਲ ਕਮੀਜ਼ ਆਉਂਦੀ ਹੈ ਅਤੇ ਅਸੀਂ ਲੋਕਾਂ ਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਹੜੇ 75-76 ਵਜੇ ਕਿਲੋ ਸਾਡੇ ਭੈਣਾਂ ਭਰਾ ਜਾਂ ਦੋਸਤ ਰਿਸ਼ਤੇਦਾਰ ਪਿਛੜੇ ਹਨ, ਅਸੀਂ ਉਹਨਾਂ ਦੀ ਵੀਡੀਓ ਪੋਸਟ ਕਰੀ ਗਈ ਸੀ ਕਿ ਵਿਦਨ ਡੇ ਕਿ ਸਾਨੂੰ ਕੋਈ ਨਾ ਕੋਈ ਫੋਨ ਮਿਲ ਜਾਂਦਾ। ਸੋ ਮੈਨੂੰ ਲੱਗਦਾ ਕਿ ਉਹ ਸਾਨੂੰ ਐਫਰਟ ਨਹੀਂ ਕਰੂਗੀ, ਲੇਕਿਨ ਥੋੜ੍ਹਾ ਜਿਹਾ ਕਰਨਾ ਜ਼ਰੂਰੀ ਆ ਉਹਨਾਂ ਲੋਕਾਂ ਨੂੰ ਮਿਲਣ ਦੇ ਬਲੌਗ ਦੇ ਵਿੱਚ। 2 ਸਾਲ ਪਹਿਲੇ ਇੱਕ 75-76 ਸਾਲ ਦੇ ਪਿਛਲੇ ਦੋ ਬਜ਼ੁਰਗ ਸਾਡੇ ਕੇਂਦਰ ਦੇ ਪਾਕਿਸਤਾਨ ਨੂੰ ਭਰਾ ਦੱਸਦੇ,
ਉਹਨਾਂ ਨੂੰ ਅਸੀਂ ਰੀਯੂਨੀਅਨ ਕਰਾਈ ਸੀ ਕਰਤਾਰਪੁਰ ਸਾਹਿਬ ਥੋੜ੍ਹੀ ਗੱਲ ਗੁਰਦੁਆਰਾ ਕਰਤਾਰਪੁਰ ਸਾਹਿਬ ਜਿਹੜਾ ਲਾਗਾ ਖੁੱਲ੍ਹਾ ਜੀ ਉਹ ਤਕਰੀਬਨ ਪੂਰੀ ਦੁਨੀਆ ਦੇ ਜਿਹੜੇ ਪੇਪਰ ਸੀ ਉਹਨਾਂ ਨੂੰ ਉਸ ਫੀਲਡ ਨੂੰ ਛੱਡਿਆ ਸੋ ਮੈਨੂੰ ਲੱਗਦਾ ਤਾਂ ਕਿ ਉਹ ਇਕੱਲਾ ਮੈਨੂੰ ਲੱਗਦਾ ਕਿ ਇਕੱਲਾ ਇੱਕ ਫੈਮਿਲੀ ਨਹੀਂ ਉਸ ਤਰ੍ਹਾਂ ਦੀਆਂ ਹਜ਼ਾਰਾਂ ਫੈਮਿਲੀ ਸਨ ਜੇ ਅਸੀਂ ਪਹਿਲਾਂ ਪੂਰੀ ਕੋਸ਼ਿਸ਼ ਕਰਦੇ ਸਨ ਜ਼ਿਆਦਾ ਲੋਕਾਂ ਨੂੰ ਆਪਾਂ ਬੁਲਾਉਣ ਦੇ ਅਤੇ ਇਹਦੇ ਵਿੱਚ ਦੋਵਾਂ ਪਾਸੇ ਦੇ ਬੱਸਾਂ ਵਾਲੇ ਜਿਹੜੇ ਪੰਜਾਬੀ ਉਹਨਾਂ ਨੂੰ ਲਾਗੇ ਲਾਉਣ ਦੀ ਕੋਸ਼ਿਸ਼ ਹੈ 75 ਵਜੇ ਪਹਿਲਾਂ ਕਿਸ ਤਰ੍ਹਾਂ ਲੋਕ ਅਸੀਂ ਪੰਜਾਬ ਦੇ ਬੱਸਾਂ ਵਾਲੇ ਜਿਹੜੇ ਉਹ ਕਿਸ ਤਰ੍ਹਾਂ ਰਹਿੰਦੇ ਸਨ ਬਾਅਦ 'ਚ ਕਿਸ ਤਰ੍ਹਾਂ ਦੇ ਮਾਮਲਾ ਹੋਏ ਪਾਰਟੀਸ਼ਨ ਹੋਏ ਉਹ ਕੁਝ ਚੰਦਿਕ ਜਿਹੜੇ ਨੈਗੇਟਿਵ ਅੰਦਾਜ਼ ਸਨ ਉਹਨਾਂ ਦੀ ਵਜ੍ਹਾ ਨਾਲ ਬਹੁਤ ਵੱਡੇ ਹੁਣ ਤੱਕ ਸਾਨੂੰ ਮੈਨੂੰ ਲੱਗਦਾ ਕਿ ਅਸੀਂ ਪੋਜ਼ਿਟਿਵ ਚੀਜ਼ਾਂ ਇੱਕ ਦੂਜੇ ਦੀਆਂ ਅਪਣਾ ਲਈਏ ਉਹਨਾਂ ਨੂੰ ਦੇਖੀਏ ਨੈਗੇਟਿਵ ਨੂੰ ਛੱਡ ਕੇ ਸੋ ਅਸੀਂ ਹੋਰ ਇੱਕ ਦੂਜੇ ਦੇ ਲੱਗ ਲੱਗਾ ਸੋ ਇਹ ਸੀ ਪਿਕਸਲ ਜੋਬ ਅਤੇ ਮਨਜਿੰਦਰ ਹੋਣਾਂ ਦੇ ਜਿਹੜਾ ਐਪਰੀਸੀਏਸ਼ਨ ਸੀ ਸਾਨੂੰ ਆਲੀਏ ਅਤੇ ਸੱਦਿਆ ਉਹ ਸਾਡੇ ਵਾਸਤੇ ਬੜੀ ਵੱਡੀ ਐਪਰੀਸੀਏਸ਼ਨ ਹੈ ਅਤੇ ਅਸੀਂ ਹੋਰ ਅੱਗੇ ਮਜ਼ੀਦ ਇਸ ਤਰ੍ਹਾਂ ਦੇ ਸੋਸ਼ਲ ਦੇ ਸੋਸ਼ਲ ਵਰਕ 'ਤੇ ਕੰਮ ਕਰ ਸਕੀਏ ਬਹੁਤ ਸ਼ੁਕਰੀਆ ਸਾਰਿਆਂ ਦਾ ਨਾਸਰ ਨੇ ਬਹੁਤ ਚੰਗੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਅਕਸਰ ਹੀ ਜਦੋਂ ਨਾਸਰ ਦਾ ਨਾਮ ਆਉਂਦਾ ਜਾਂ ਕਿਤੇ ਨਾਸਰ ਦੀ ਵੀਡੀਓ ਆਉਂਦੀ ਹੈ ਤਾਂ ਮੈਂ ਤੁਹਾਨੂੰ ਬੜੇ ਦਾਅਵੇ ਨਾਲ ਕਹਿੰਦਾ ਜਾਂ ਦਿਲ ਨਾਲ ਕਹਿੰਦਾ ਕਿ ਉਹ ਘਰਾਂ ਦੇ ਵਿੱਚ ਬੈਠ ਕੇ ਦੇਖੀ ਜਾਂਦੀ ਹੈ ਬੱਚਿਆਂ ਦੇ ਨਾਲ ਬੈਠ ਕੇ ਦੇਖੀ ਜਾਂਦੀ ਹੈ ਬਜ਼ੁਰਗ ਦੱਸਦੇ ਨੇ ਕਿ ਕਿਵੇਂ ਅਸੀਂ ਵਿਛੜ ਕੇ ਜਾਂ ਸਾਡੇ ਦੋਸਤ ਪਾਕਿਸਤਾਨ ਗਏ ਜਾਂ ਪਾਕਿਸਤਾਨ ਵਾਲੇ ਇੰਡੀਆ ਆਏ ਉਹਦੇ ਲਈ ਨਾਸਰ ਵੱਲੋਂ ਜੋ ਰੋਲ ਨਿਭਾਇਆ ਗਿਆ ਮੈਂ ਉਹਦੇ ਲਈ ਨਾਸਰ ਨੂੰ ਸ਼ਾਬਾਸ਼ ਕਹਿਣਾ ਇਹਨਾਂ ਦਾ ਕੰਮ ਛੋਟਾ ਨਹੀਂ ਬਹੁਤ ਵੱਡਾ ਤਾਂ ਨਹੀਂ ਇੱਕ ਵਾਰੀ ਨਾਸਰ ਦੇ ਨਾਮ ਦਿੱਤਾ ਜੋ ਸਭ ਕੁਝ ਪੰਜਾਬੀ ਆਉਂਦੀ ਹੈ ਮੈਨੂੰ ਵੀ ਆਉਂਦੀ ਹੈ ਲੇਕਿਨ ਇਹ ਆਪ ਲੋਕ ਕੀ ਜ਼ਬਾਨ ਹੈ ਮੇਰੇ ਆਪ ਲੋਕ ਨਹੀਂ ਆਉਂਦੀ ਤੋ ਇਸ ਲਈ ਮੁਝੇ ਇੱਕ ਬਹੁਤ ਹੀ ਮੁਹਤਰਮ ਸ਼ਖਸ ਨੇ ਆਪ ਕਰ ਕੇ ਬਿਠਾ ਦਿਆ ਯਹੀ ਖੜੀ ਰਹੋ ਔਰ ਟ੍ਰਾਂਸਲੇਟ ਕਰੋ ਜੋ ਜੋ ਕਹਾ ਜਾਤਾ ਹੈ ਤੋ ਇਹਨਾਂ ਨੇ ਜੋ ਬਾਤ ਕਹੀ ਮੈਂ ਉਹਨੇ ਆਪਣੀ ਜ਼ਬਾਨ ਮੈਂ ਸਮਝਾਉਣਾ ਚਾਹੂੰਗੀ الاستاذ ناصر بدا مهمه تطوعيه جدا مميزه 1947 سنه 1947 تم الانفصال بين الهند والباكستان فالاهل اللي كانوا في باكستان انتقلوا للهند واللي كانوا في الهند انقطعوا عن اهلهم في باكستان فهو قام يدور على كبار في السن الاباء والاجداد اللي بعدهم موجودين متواجدين على قيد الحياه يا من باكستان ومن الهند عرفهم على بعض بحيث انه ما ينسون اهاليهم فهذا عمل جدا رائع يعني تطوع عفوي وجميل جدا ثانك يو ناصر جي اتوبات میں نے پہلا ذکر کر کے ہٹیا کہ ساڈے کول ایک شخصیت تو دی دیا جنہاں نے دو میں لائنا ਆਪ ਜੀ ਦੇ ਨਾਲ ਸ਼ੇਅਰ ਕਰਨਾ ਅਸੀਂ ਪੰਜਾਬੀ ਮਿਹਨਤ ਕਰਦੀ ਕਰਦੇ ਹਾਂ ਦਿਲ ਲਾ ਕੇ ਭੈਣਾਂ ਬਸ ਡਰੈਵਰ ਬਣੀਆਂ ਵਿੱਚ ਪਰਦੇਸਾਂ ਆ ਕੇ ਹੱਸਦੇ ਵੱਸਦੇ ਰਹੋ ਸਦਾਈ ਚੜ੍ਹਦੀ ਕਲਾ ਵਿੱਚ ਰਹੋ ਸਾਰੇ ਰਣਜੀਤ ਵੀਰੇ ਨਾਲ ਗਾਉਂਦੇ ਵਿੱਚ ਪਰਦੇਸਾਂ ਦੇ ਸੱਜਣੋ ਅਸੀਂ ਰਣ ਮਿਲ ਬਸਾਂ ਚਲਾਉਂਦੇ ਵਿੱਚ ਪਰਦੇਸਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਸਮਾਗਮ ਦੇ ਵਿੱਚ
ਲੱਗ ਗਏ। ਦੁਬਈ ਗਵਰਨਮੈਂਟ ਦੇ ਪਿਕਸਲ ਜੋਬ ਤੇ ਮਨਿੰਦਰ ਭਾਵ ਨਾਲੇ ਇਵੈਂਟ ਕਰਾਇਆ ਸੀ, ਅਵਾਰਡ ਮਿਲਿਆ ਸੀ ਮੈਨ ਆਫ ਹਿਊਮੈਨਿਟੀ ਅਵਾਰਡ ਦੁਬਈ ਦੇ ਵਿੱਚ, ਅਤੇ ਇੱਧਰ ਗੁਰਦੀਪ ਭਾਅ ਬਿਜ਼ਨਸ ਇਹਨਾਂ ਦਾ ਟਰੈਕਿੰਗ ਦਾ, ਅਤੇ ਬਹੁਤ ਵਧੀਆ ਕੰਮ ਇਹਨਾਂ ਦਾ ਵੀ ਟਰੈਕਿੰਗ ਦਾ, ਜਿੰਨੇ ਆਉਂਦੇ ਨਾ ਪੰਜਾਬ ਤੋਂ ਉੱਧਰ ਡਰਾਈਵਰ ਇਹਨਾਂ ਨੂੰ ਡਰਾਈਵਰ ਬਣਾ ਕੇ ਕਨੇਡਾ ਗਾਹ ਪਰ ਚੱਲ ਜਾਂਦੇ, ਸਾਰੇ ਦੋਸਤਾਂ ਨੂੰ ਲੈ ਕੇ ਦਿੰਦੇ, ਐਕਸਪੀਰੀਅੰਸ ਇਹ ਜਨਰੇਟ ਕਰਦੇ ਆ ਅੱਗੋਂ ਜਾਣਾ ਉਹਨਾਂ ਦਾ ਕੰਮ, ਅਤੇ ਬਹੁਤ ਵਧੀਆ ਸੋਹਣਾ ਇਕੱਠ ਹੋਇਆ ਇੱਥੇ ਅੱਜ। ਕੁੰਦਰ ਸਾਹਿਬ ਇਹਦੇ ਪਿੱਛੇ ਸਾਡੇ ਕੁੰਦਰ ਸਾਹਿਬ ਖਲੋਤੇ, ਮੈਂ ਕੁੰਦਰ ਸਾਹਿਬ ਬੁਲਾਉਣ ਦੀ ਕੋਸ਼ਿਸ਼ ਕਰਦਾ ਜੇ ਬਿਜ਼ੀ ਨੇ ਥੋੜ੍ਹੇ ਜਿਹੇ। ਕੁੰਦਰ ਸਾਹਿਬ ਇੱਕ ਮਿੰਟ ਆਇਓ, ਥੋੜ੍ਹਾ ਜਿਹਾ ਤੁਹਾਡਾ ਟਾਈਮ ਚਾਹੀਦਾ। ਮੈਂ ਕੁੰਦਰ ਸਾਹਿਬ ਵੀ ਆ ਗਏ, ਦੇਖੋ ਬਿਜ਼ਨਸ ਟਾਈਕੂਨ ਆਪਣੇ ਹੈ, ਪਰ ਭਾਜੀ ਜਿਹੜਾ ਤੁਸੀਂ ਕੰਮ ਕਰਦੇ ਨਾ ਉਹ ਹਰ ਇੱਕ ਬੰਦੇ ਦੇ ਬਦਲਦਾ। ਮਿਲਿਆ ਨਾ ਭਾਜੀ ਨੇ ਇਹਨਾਂ ਨੂੰ ਮਿਲਿਆ ਵਾ ਮੈਨ ਆਫ ਦਾ ਹਿਊਮੈਨਿਟੀ ਅਵਾਰਡ, ਇਹ ਅਵਾਰਡ ਅੱਜ ਤੋਂ 2 ਸਾਲ ਪਹਿਲਾਂ ਮਿਲ ਜਾਣਾ ਚਾਹੀਦਾ, ਪਰ ਲੇਟ ਮਿਲਿਆ, ਪਰ ਫਿਰ ਵੀ ਅਸੀਂ ਥੈਂਕ ਯੂ ਕਰਦੇ ਹਾਂ। ਵੱਡੀ ਗੱਲ ਇਹ ਹੈ ਉਹਨਾਂ ਨੇ ਹੋਰ ਥੋੜੇ ਟਾਈਮ ਤੱਕ ਲਾਈਫ ਟਾਈਮ ਅਚੀਵਮੈਂਟ ਚ, ਹਾਂ ਹਾਂ ਬਿਲਕੁਲ ਬਿਲਕੁਲ, ਫਿਰ ਹੋਰ ਵੀ ਖੁਸ਼ੀ ਹੋਊਗੀ ਯਾਰ। ਇਹ ਬਹੁਤ ਵਧੀਆ ਲੱਗਾ, ਥੈਂਕ ਯੂ ਸੋ ਮਚ ਭਾਈ ਜੀ, ਥੈਂਕ ਯੂ ਸਾਰੇ ਭਰਾਵਾਂ। ਲਓ ਵੀ ਦੋਸਤੋ ਨਿਕਲ ਕੇ ਹੁਣ ਇੱਥੋਂ ਮੈਟਰੋਪੋਲੀਟਨ ਹੋਟਲ ਤੋਂ ਅਸੀਂ ਇੰਟਰਨੈਸ਼ਨਲ ਸਿਟੀ ਜਾਣਾ, ਉੱਥੇ ਕੁਝ ਹੋਰ ਦੋਸਤਾਂ ਨੂੰ ਮਿਲਣਾ, ਉਹਨਾਂ ਨੂੰ ਮਿਲ ਕੇ ਤਾਂ ਫਿਰ ਵਲੋਗ ਦਾ ਅਖਤਤਾਮ ਕਰਾਂਗੇ। ਅੱਜ ਬੜੀ ਵਧੀਆ ਅਵਾਰਡ ਸ਼ੋ ਰਿਹਾ, ਗੈਟ ਟੂਗੈਦਰ ਹੋਈ ਦੋਸਤਾਂ ਦੇ ਨਾਲ, ਅਤੇ ਸਾਨੂੰ ਵਧੀਆ ਲੱਗਾ ਵੀ ਐਪਰੀਸੀਏਸ਼ਨ ਹੁੰਦੀ ਹੈ ਨਾ ਥਾਪੜ ਜਿਹੜਾ ਹੁੰਦਾ, ਉਹ ਤੁਹਾਨੂੰ ਅੱਗੇ ਵਧਣ 'ਚ ਹੌਸਲਾ ਮਿਲਦਾ ਉਹਦੇ 'ਚ, ਅਤੇ ਸਾਰੇ ਦੋਸਤ ਇਕੱਠੇ ਸਨ ਉੱਧਰਲੇ ਪੰਜਾਬ ਦੇ ਇੱਧਰਲੇ ਪੰਜਾਬ ਦੇ ਇੱਥੋਂ ਦੇ ਲੋਕਲ ਜਿਹੜੇ ਸਨ ਉਹਨਾਂ ਨੇ ਬੜਾ ਐਪਰੀਸ਼ੀਏਟ ਕੀਤਾ। ਸੋ ਚੱਲਦੇ ਹਾਂ ਅੱਗੇ ਅਤੇ ਗੱਲਬਾਤ ਕਰਦੇ ਹਾਂ। ਸਾਡੇ ਕੋਲ ਪੀਤਾ ਕਟਾਉਣ ਲੱਗੇ ਜੀ, ਨਾ ਵੀ ਮੁੰਡਿਆਂ ਦੇ ਸਲੂਨ ਦੀ ਓਪਨਿੰਗ ਦਿੱਤੀ ਆਪਾਂ ਘਰ, ਉਹ ਹੱਸਦੇ ਹੁੰਦੇ ਆ, ਸ਼ੁਗਲ ਵੀ ਕਰੀ ਦੇ ਨਾਲ, ਅੱਜ ਸਾਡੇ ਨਾਲ ਬੈਠੇ ਨੇ ਆਪਣੇ ਤਾਹਰ ਵਿਦੇਸ਼ਾ ਸਾਹਿਬ, ਅੰਜੇ ਮੰਨਦਾ ਵੀ 3 ਪੀਜ਼ੇ ਵਾਲੀਆਂ ਦੁਕਾਨਾਂ ਦੀਆਂ ਮੈਂ ਓਪਨਿੰਗ ਕੀਤੀਆਂ ਅਤੇ 3 ਹੀ ਬੰਦ ਹੋ ਗਏ। ਅੰਜੋ ਨਹੀਂ ਉਹ ਗਿਆ ਨਾ ਪੀਜ਼ੇ ਦੀ ਦੁਕਾਨ ਦੀ ਓਪਨਿੰਗ ਕਰਨ, ਆਂਦਾ ਹਿਸਾਬ 1/4 ਦੀ ਕਰਨਗੇ ਮੈਂ ਅਤੇ ਉਹ ਸਾਰੇ ਜਾਣੇ ਨਾ, ਆਂਦਾ ਹੁਣ ਵੇਖ ਕੇ ਕਰਾਵਾਂ ਮੈਂ 3 ਦੀਆਂ ਕੀਤੀਆਂ, 3 ਬੰਦ ਹੋ ਗਏ ਜੇ। ਬਾਕੀ ਅੱਲਾ ਪਾਕ ਦੀ ਰਹਿਮਤ ਕਰੇ ਤੁਹਾਡੇ ਕੰਮ 'ਚ ਬਰਕਤ ਪਾਵੇ, ਆਮੀਨ ਆਮੀਨ। ਖਜੂਰਾਂ ਤੁਸੀਂ ਖਵਾਈਆਂ ਸਾਨੂੰ ਅਤੇ ਨਾਲ ਪੀਤੀ ਚਾਹ, ਸ਼ੁਕਰੀਆ ਤੁਹਾਡਾ। ਇਹ ਇੰਟਰਨੈਸ਼ਨਲ ਕਿੱਥੇ ਐਡਰੈਸ ਦੱਸ ਦਿਓ? ਫ੍ਰਾਂਸ ਕਲਸਟਰ ਹੈ, P20 S24 ਇੰਟਰਨੈਸ਼ਨਲ ਸਿਟੀ ਦੇ ਵਿੱਚ। ਆਹ ਵੇਖ ਲਓ ਸਮੀ ਨੇ ਵਾਰ ਬਣਾਏ ਜਿਵੇਂ ਕਬੂਤਰ ਨਹੀਂ ਉੱਡਣ ਲੱਗਾ। ਤਹਿਮਤ ਵੀ ਬੜਾ ਕਲਾਸ ਦਾ ਪਾਇਆ ਨਾਲੇ ਵੀ ਆ, ਤਹਿਮਤ ਵੀ ਪਾਇਆ ਭਾਈ ਸਾਹਿਬ ਦੇ ਸਲੋਨ ਤੇ ਆਏ ਤੇ ਇਹਨਾਂ ਦੀ ਮੁਹੱਬਤ ਆਈ, ਇਹਨਾਂ ਨੇ ਸਾਡਾ ਸਵਾਗਤ ਕੀਤਾ ਤੇ ਜ਼ਰੂਰ ਇੱਕ ਵਾਰੀ ਆ ਡਿਸਕਾਊਂਟ ਵਾਲਾ ਵੀ ਦੱਸੋ ਨਾ ਵੀ 5% ਡਿਸਕਾਊਂਟ ਹੈ ਭਾਈ ਦੇ ਨਾਂ ਤੇ, ਰਸਮ ਦੇ ਨਾਲ ਵੀ ਆਊਗਾ ਤੇ ਫਿਰ 5% ਡਿਸਕਾਊਂਟ ਮਿਲੂਗਾ, ਜੇ ਕੋਈ ਮਾੜਾ ਦਾੜਾ ਬੰਦਾ ਹੋਵੇ ਤੇ ਪੈਸੇ ਵੀ ਕਰ ਦਿੰਦੇ ਆ ਆਪਣੇ। ਠੀਕ ਹੈ,
ਸ਼ੁਕਰੀਆ ਜੀ, ਜ਼ਬਰਦਸਤ ਹੈ, ਜ਼ਬਰਦਸਤ ਹੈ ਜੀ। ਹੈਂਡਸਮ ਜੈਂਟਸ ਸਲੂਨ ਇਹਨਾਂ ਨੇ ਨਵਾਂ ਬਣਾਇਆ ਤੇ ਇਹਦੀ ਓਪਨਿੰਗ ਲਈ ਸਾਨੂੰ ਇਹਨਾਂ ਸੱਦਿਆ ਸੀ। ਠੀਕ ਹੈ ਜੀ ਭਾਈ ਸਾਹਿਬ, ਤਾਹਰ ਮਲੇਹਾ ਸਾਹਿਬ ਤੁਹਾਨੂੰ ਵੀ ਸ਼ੁਕਰੀਆ, ਤੁਹਾਡਾ ਵੀ ਸ਼ੁਕਰੀਆ ਜੀ। ਹੱਥ ਫਿਲਿਆ ਸੁਣਾਇਆ ਮੇਰਾ ਹੱਥ ਸਾਹਿਬ, ਸ਼ੁਕਰੀਆ, ਤੂੰ ਤੁਹਾਡੇ ਨਾਲ ਜਾਣਾ। ਅੱਛਾ ਹਾਂ, ਹਾਂ ਸਮੀ ਡਿਆ ਅੰਦਰ ਵੇਖੋ ਫੋਟੋ ਵੀਡੀਓ ਬਣਾਉਣ ਡਿਆ। ਚੰਗਾ ਵੀ ਦੋਸਤੋ, ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ। ਦੋ ਇਜਾਜ਼ਤ, ਰੱਬ ਰੱਖ।